ਵਿੱਚ ਮੋਦੀ ਦਾ ਨੁਕਸਾਨ ਕੀ ਹੈ, ਤੋਮਰ ਦਾ ਕੀ ਨੁਕਸਾਨ ਹੈ, ਹੋਰ ਸਾਰੇ ਬੰਦੇ ਇਹ ਦੱਸਣਗੇ ਤੁਹਾਡਾ ਕੀ ਨੁਕਸਾਨ ਹੈ। ਕਿਸਾਨ ਤਾਂ ਕਹਿੰਦਾ ਮੇਰਾ ਨੁਕਸਾਨ ਹੈ, ਮੇਰੀ ਜ਼ਮੀਨ ਖੋਈ ਜਾਣੀ ਹੈ। ਕਿਸਾਨ ਕਹਿੰਦਾ ਹੈ ਵੀ ਤਿੰਨ ਕਾਲੇ ਕਾਨੂੰਨ ਕੀ ਆ, ਨੰਬਰ 1 ਜਿਹੜੀ ਚੀਜ਼ ਅਸੀਂ ਲਾਗੂ ਕਹੀ ਸੀ ਉਹ ਦਿੱਤੀ ਨਹੀਂ, ਜਿਹੜੀ ਨਹੀਂ ਮੰਗੀ ਉਹ ਦੇਤੀ, ਕਿਉਂ? ਇੱਕ ਤਾਂ ਹੈਗਾ ਪ੍ਰੋਡਿਊਸਰ, ਉਹ ਹੈਗਾ ਕਿਸਾਨ, ਇੱਕ ਹੈਗਾ ਕੰਜ਼ਿਊਮਰ, ਉਹ ਖਪਤਕਾਰ ਮਜ਼ਦੂਰ ਮਤਲਬ ਖਾਣ ਵਾਲੇ, ਤੀਜਾ ਹੈਗਾ ਕੰਟਰੈਕਟ ਫਾਰਮ। ਕੰਟਰੈਕਟ ਫਾਰਮ ਦੀ ਸਾਨੂੰ ਲੋੜ ਹੀ ਸੀ, ਇਹ ਅਦਾਨੀ ਬਣਨੀ ਹੈ। ਮੇਰੀ ਮਾਂ ਨੂੰ ਧੀ ਭੈਣ ਨੂੰ ਨੌਕਰ ਰੱਖ ਲਿਆ, ਮਜ਼ਦੂਰ ਨੂੰ ਕਿਹਾ ਮੈਨੂੰ ਕਲਰਕ ਰੱਖ ਲੂਗਾ, ਉਹਦੇ 'ਤੇ ਕਲਰਕ ਰੱਖ ਲਿਆ ਅਤੇ ਫਿਰ ਮਾਲਕ ਕੌਣ ਬਣੂਗਾ? ਇਹ ਬਣੂਗਾ, ਬੇਜ਼ਮੀਨਾ ਬੰਦਾ ਜ਼ਮੀਨ ਦਾ ਮਾਲਕ ਬਣ ਜੂਗਾ। ਅੱਜ ਅਸੀਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਖੜ੍ਹੇ ਹੋਏ ਹਾਂ, ਅਤੇ ਜਿੱਥੇ ਸਾਡੇ ਨਾਲ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਜਸਕਾਂਤ ਸਿੰਘ ਕਾਹਨ ਸਿੰਘ ਵਾਲਾ ਵੀ ਸਾਡੇ ਨਾਲ ਮੌਜੂਦ ਆ, ਜਿਹੜੇ ਬਰਾੜੀ ਦੇ ਵਿੱਚ ਵੀ ਸਭ ਤੋਂ ਪਹਿਲਾਂ ਟਰੈਕਟਰ ਲੈ ਕੇ ਪਹੁੰਚੇ ਸੀ, ਅਤੇ 26 ਜਨਵਰੀ ਨੂੰ ਵੀ ਇਹਨਾਂ ਨੇ ਜਿਹੜੀ ਕਿ ਬਹੁਤ ਵੱਡੀ ਸ਼ਮੂਲੀਅਤ ਕੀਤੀ। ਕਾਹਨ ਸਿੰਘ ਵਾਲਾ ਜੀ, ਪਹਿਲਾਂ ਤਾਂ ਮੈਨੂੰ ਇਹ ਦੱਸੋ, ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਆ, ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਕਿਉਂਕਿ ਬਹੁਤ ਵੱਡੇ ਪੱਧਰ 'ਤੇ ਨੈਸ਼ਨਲ ਮੀਡੀਆ ਇਹ ਅਫਵਾਹ ਫੈਲਾ ਰਿਹਾ ਜੀ, ਉੱਥੇ ਤਾਂ ਮਿਲਟਰੀ ਲੱਗ ਗਈ ਆ, ਉੱਥੇ ਖਤਰਾ ਆ, ਲੋਕਾਂ 'ਚ ਡਰ ਪਾਇਆ ਜਾ ਰਿਹਾ, ਅਤੇ ਜਿਹੜੇ ਬੱਚਿਆਂ ਦੇ ਮਾਪੇ ਆ ਉਹ ਬੱਚਿਆਂ ਨੂੰ ਕਹਿ ਰਹੇ ਵੀ ਤੁਸੀਂ ਵਾਪਸ ਆ ਜਾਓ। ਹਾਲਾਤ ਕਿੱਦਾਂ ਦੇ ਇੱਥੇ ਦੇ? ਜੋ ਨੈਸ਼ਨਲ ਮੀਡੀਆ ਉਹ ਇੰਡੀਆ ਹੀ ਹੈ, ਜੋ ਨੈਸ਼ਨਲ ਮੀਡੀਆ ਹੈ ਉਹ RSS ਭਾਗਵਤ ਦਾ ਅਤੇ ਨਾਗਪੁਰ ਦਾ ਇਹ ਮੀਡੀਆ ਹੈ। ਜਿਹੜੇ ਸਾਡੇ ਬੱਚੇ ਆ, ਮਾਂ ਪਿਓ ਨੂੰ ਘਬਰਾਉਣਾ ਨਹੀਂ ਚਾਹੀਦਾ, ਪਰ ਬਾਣੀ ਕੀ ਕਹਿੰਦੀ ਹੈ? ਮਹਾਰਾਜ ਕਹਿੰਦੇ ਨੇ ਕਿਸਾਨੀ ਬਾਰੇ, ਸਿੱਧਾ ਕਹਿੰਦੇ ਨੇ ਕਿਸਾਨੀ ਕਿਰਸਾਨ ਕਰੈ ਲੋਚਾ ਜੀਤ ਲਾਏ ਹਲ ਜੋਤਾ ਉੱਦਮ ਕਰੇ ਮੇਰਾ ਪੁੱਤ ਧੀ ਖਾਏ। ਮਹਾਰਾਜ ਇਹਨਾਂ ਨੇ ਫੈਕਟਰੀ ਦੀ ਗੱਲ ਤਾਂ ਨਹੀਂ ਕੀਤੀ, ਨਹੀਂ ਨਾ ਕਾਰਖਾਨਿਆਂ ਦੀ ਗੱਲ ਕੀਤੀ ਹੈ, ਕਿਰਤ ਦੀ ਗੱਲ ਕੀਤੀ ਹੈ। ਫਿਰ ਮਹਾਰਾਜ ਨੇ ਕਿਹਾ ਹੈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇ ਤਾਂ ਕੁਛ ਕਹਿ। ਮਹਾਰਾਜ ਕਹਿੰਦੇ ਤੇਰੇ ਜਿਉਂਦਿਆਂ ਜੀ ਤੇਰੀ ਪਤ ਲੈ ਜਾਵੇ, ਤੇਰੀ ਪੱਗ ਲਾ ਦੇਵੇ, ਤੇਰੇ ਕਿਸਾਨ ਨੂੰ ਮਾਰ ਦੇਵੇ, ਰਵਿਦਾਸ ਦਾ ਮੰਦਰ ਢਾ ਦੇਵੇ, ਮੁਸਲਮਾਨਾਂ ਦੀ ਮਸਜਿਦ ਢਾ ਦੇਵੇ, ਮੋਦੀ 60,000 ਸਿੱਖ ਕਿਸਾਨਾਂ ਦਾ ਹਜ਼ਾਰਾ ਕਰ ਦੇਵੇ, ਸਾਡੀਆਂ ਪਾਣੀ ਖੋਹ ਲੈਣ, ਸਾਡੇ ਹੈਡਵਰਕ ਖੋਹ ਲੈਣ, ਸਾਡੀ ਪੰਜਾਬ ਮਾਂ ਬੋਲੀ ਖੋਹ ਲੈਣ, ਅਤੇ ਨਾਰੇ ਲੱਗਣ ਜੈ ਭਾਰਤ ਮਾਤਾ ਦੀ ਜੈ। ਜਦੋਂ ਸਾਰੇ ਇੱਕ ਇਸ ਇੰਡੀਆ ਲਈ 85% ਕੁਰਬਾਨੀਆਂ ਕੀਤੀਆਂ ਆਜ਼ਾਦ ਹੈ, ਜਿਹੜੇ ਭਾਰਤ ਮਾਤਾ ਦੀ ਜੈ ਕਹਿੰਦੇ ਜੈ ਕਹੀ ਜਾਣ, ਪਰ ਕਿਸੇ ਨੂੰ ਦਬਾ ਕੇ ਇਹ ਘੁਆਉਣੀਆਂ ਇਹੋ ਜਿਹੀਆਂ ਗੱਲਾਂ। ਅਤੇ ਇਹ ਫਿਰ ਦੱਸੋ, ਹੁਣ ਤਾਂ ਝੰਡੇ ਦੀ ਗੱਲ ਹੈ, ਮੰਨ ਲਓ ਇਹ ਜਿਹੜਾ ਅੰਦੋਲਨ ਹੈਗਾ ਸੱਚਾ, ਇਹ ਮੈਂ ਤਾਂ ਕਹਿ ਰਿਹਾ ਸੱਚਾ ਤਾਂ ਹੈ। ਮਹਾਰਾਜ ਕੀ ਕਹਿੰਦੇ ਅਖੀਰ 'ਚ? ਮਹਾਰਾਜ ਇੱਕ ਫੈਸਲਾ ਕਰ ਦਿੰਦੇ ਆ, ਕਹਿੰਦੇ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ ਮੈਨੂੰ ਦੱਸੋ ਜਿਹੜਾ ਅੰਦੋਲਨ ਇਹ ਸੱਚਾ, ਇਹ ਸੱਚਾ ਅੰਦੋਲਨ ਹੈ? ਵੀ ਮੈਂ ਤੁਹਾਨੂੰ ਕਹਿਣਾ, ਜਿਹੜੇ ਨਰਿੰਦਰ ਮੋਦੀ ਹੈ ਉਹਨਾਂ ਨੇ ਜਿਹੜੇ 3 ਕਾਲੇ ਕਾਨੂੰਨ ਲੈ ਕੇ ਆਉਂਦੇ ਆ, ਇਸ ਕਾਨੂੰਨ ਲਈ ਇੱਕ ਵੀ ਕਿਸਾਨ ਜਥੇਬੰਦੀ ਨੇ ਕੋਈ ਮੈਮੋਰੈਂਡਮ ਦਿੱਤਾ ਹੋਵੇ, ਇੱਕ ਵੀ ਧਰਨਾ ਦਿੱਤਾ ਹੋਵੇ, ਕਿ ਮੁਜ਼ਾਹਰਾ ਦਿੱਤਾ ਹੋਵੇ, ਯੂਪੀ ਦੇ ਕਿਸਾਨ ਨੇ ਕੀਤਾ ਹੋਵੇ, ਪੰਜਾਬ ਦੇ ਕਿਸਾਨ ਨੇ ਕੀਤਾ, ਬਿਹਾਰ ਦੇ ਹਰਿਆਣੇ ਦੇ ਨੇ ਕੀਤਾ, ਪੂਰੇ ਇੰਡੀਆ ਦੇ ਕਿਸਾਨ ਨੇ ਇੱਕ ਵਾਰੀ ਕਿਹਾ ਕਿ ਇਹ ਸਾਨੂੰ 3 ਕਾਨੂੰਨ ਚਾਹੀਦੇ ਆ, ਪਰ ਜਿਹੜੇ ਅਸੀਂ ਮੰਗੇ ਹੀ ਨਹੀਂ, ਸਾਨੂੰ ਦਿੱਤੇ ਕਿਉਂ ਗਏ? ਇਹਦਾ ਕਾਰਨ ਕੀ ਹੈ? ਅਸੀਂ ਮੰਗਿਆ ਪਤਾ ਕੀ ਸੀ? 2012 'ਚ ਇੱਕ ਬਹੁਤ ਵੱਡੀ ਐਜੀਟੇਸ਼ਨ ਹੋਈ ਸੀ, ਐਜੀਟੇਸ਼ਨ ਦੇ ਵਿੱਚ ਭਾਰਤ ਬੰਦ ਹੋ ਗਿਆ ਸੀ, ਮਹਿੰਦਰ ਸਿੰਘ ਟਿਕੈਤ ਦੇ ਪ੍ਰਧਾਨ ਹੁੰਦੇ ਸੀ, ਅਤੇ ਸਾਰੇ ਰਲ ਕੇ ਕਿਤੇ ਪੰਜਾਬ ਬੰਦ ਹੋ ਗਿਆ। ਉੱਥੇ ਕਹਿਤਾ ਵੀ ਕਿਸਾਨ ਵੀ ਜਿਹੜਾ ਦਾ ਭਾਅ 1963 ਦੇ ਸੂਚਕੰਕ ਦੇ ਨਾਲ ਦੇ ਜੋੜ ਦਿਓ, ਉਹਨਾਂ ਨੇ ਇਹ ਫੈਸਲਾ ਹੋਇਆ ਵੀ ਜੋ ਟਰੈਕਟਰ ਦਾ ਰੇਟ ਸੀ, ਖਾਦ ਦਾ ਰੇਟ ਸੀ, ਦਵਾਈਆਂ ਦਾ ਰੇਟ ਸੀ, ਸੰਦਾਂ ਦਾ ਰੇਟ ਸੀ, ਹੋਰ ਸਾਰੀ ਚੀਜ਼ ਦਾ ਰੇਟ ਸੀ, ਉਹੀ ਸਾਡੇ ਫਸਲਾਂ ਦਾ ਰੇਟ ਕਰ ਦਿਓ। ਇਸ ਕਰਕੇ 63 ਦੇ ਸੂਚਕੰਕ ਨਾਲ ਜੋੜ ਦਿਓ, ਕਿਉਂਕਿ ਜਿਹੜਾ 63 ਦੇ ਸੂਚਕੰਕ ਦੇ ਮੁਤਾਬਕ ਜਿਹੜੀ ਮਸ਼ੀਨਰੀ ਆ ਉਹਨਾਂ ਦੇ ਭਾਅ ਤਾਂ 250 ਗੁਣਾ ਵੱਧ ਗਏ, ਅਤੇ ਸਾਡੀ ਕਿਸਾਨੀ ਜਿਨਸੀ ਫਸਲ 19 ਗੁਣਾ ਵਧੀ ਆ। ਅਤੇ ਫਿਰ ਉਹ ਬਣ ਗਿਆ ਸਵਾਮੀਨਾਥਨ ਕਮਿਸ਼ਨ, ਸਰਕਾਰ ਨੇ ਵਾਧਾ ਅੰਦੋਲਨ ਚੱਕ ਲਿਆ, ਵਾਪਸ ਲੈ ਲਿਆ, ਕਹਿੰਦੇ ਜੀ ਸਵਾਮੀਨਾਥਨ ਕਮਿਸ਼ਨ ਬਣ ਗਿਆ। ਹਜੇ ਤੱਕ ਕਮਿਸ਼ਨ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ 'ਚ ਰੌਲਾ ਪਾਇਆ, ਅਤੇ 2000 ਦਸੰਬਰ 'ਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਪਰ ਆ ਗਈ, ਹਜੇ ਤੱਕ ਲਾਗੂ ਨਹੀਂ ਕੀਤੀ। ਇਸ ਕਰਕੇ ਇਹਦਾ ਮਤਲਬ ਜਿਹੜੀ ਚੀਜ਼ ਅਸੀਂ ਲਾਗੂ ਕਹੀ ਸੀ ਉਹ ਦਿੱਤੀ ਨਹੀਂ, ਜਿਹੜੀ ਨਹੀਂ ਮੰਗੀ ਉਹ ਦੇਤੀ, ਕਿਉਂ? ਫਿਰ ਪਰ ਸਾਨੂੰ ਕੁਐਸਚਨ ਪੁੱਛ ਰਹੇ ਆ, ਹੁਣ ਮੈਨੂੰ ਮੋਦੀ ਜਵਾਬ ਦੇਵੇ, ਨਰਿੰਦਰ ਮੋਦੀ ਜਵਾਬ ਦੇਵੇ, ਇਹ ਜਿਹੜੇ ਤੇਰੇ ਕਾਲੇ ਕਾਨੂੰਨ ਤੂੰ ਬਿਨਾਂ ਲੋਕਾਂ ਦੇ ਪੁੱਛੇ ਤੋਂ ਦਿੱਤੇ, ਮੈਨੂੰ ਦੱਸ ਵੀ ਤੇਰਾ ਨੁਕਸਾਨ ਕੀ ਆ, ਮੈਨੂੰ ਇਹ ਕਾਨੂੰਨ ਵਾਪਸ ਲੈ 'ਚ ਮੋਦੀ ਦਾ ਨੁਕਸਾਨ ਕੀ ਆ, ਤੋਮਰ ਦਾ ਕੀ ਨੁਕਸਾਨ ਹੈ, ਹੋਰ ਸਾਰੇ ਬੰਦੇ ਇਹ ਦੱਸਣਗੇ ਤੁਹਾਡਾ ਕੀ ਨੁਕਸਾਨ ਹੈ। ਕਿਸਾਨ ਤਾਂ ਕਹੀ ਜਾਂਦਾ ਮੇਰਾ ਨੁਕਸਾਨ ਹੈ, ਮੇਰੀ ਜ਼ਮੀਨ ਖੋਈ ਜਾਣੀ ਹੈ। ਕਿਸਾਨ ਕਹਿੰਦਾ ਹੈ ਵੀ 3 ਕਾਲੇ ਕਾਨੂੰਨ ਕੀ ਆ, ਨੰਬਰ 1 ਇੱਕ ਤਾਂ ਹੈਗਾ ਪ੍ਰੋਡਿਊਸਰ, ਉਹ ਹੈਗਾ ਕਿਸਾਨ, ਇੱਕ ਹੈਗਾ ਕੰਜ਼ਿਊਮਰ, ਉਹ ਖਪਤਕਾਰ ਮਜ਼ਦੂਰ ਮਤਲਬ ਖਾਣ ਵਾਲੇ, ਤੀਜਾ ਹੈਗਾ ਕੰਟਰੈਕਟ ਫਾਰਮ। ਕੰਟਰੈਕਟ ਫਾਰਮ ਦੀ ਸਾਨੂੰ ਲੋੜ ਹੀ ਸੀ, ਇਹ ਅਦਾਨੀ ਬਣਨੀ ਹੈ। ਜਦੋਂ ਤਰੀਆਂ ਮੱਧੀਆਂ ਸਾਡੀਆਂ ਬੀਬੀਆਂ ਪੱਤਾ ਲੈ ਕੇ ਗਈਆਂ,
जंगल जड़े उदों तो सानू कंट्रैक्टरिंग करते उदों की नहीं जो असं आए खेत बना ले हूँ कहता असी कंट्रैक्टर ब फार्म बना ले मान लो मेरे पिंड का 2700 किला कान सिंगले का वो अदानी बानी आ गए उन्होंने मेरे पिंड का किला किले लिया 50,000 रुपये ठेका 13 करोड़ रुपया आ गया 13 करोड़ के उन्हें सारी जमीन मेरे पिंड की ले ली मेरी माँ नूं धी भैण नूं नौकर रख लिया मजदूर ने कहा मैनू कलर्क रख लूगा वो कलर्क रख लिया तो फिर मालक कौन बनूगा ये बनूगा बेजमीना बंदा जमीन का मालक बन जूगा जेडे जमीन वाले बंदे वो बेजमीने बन जाएंगे तो फिर जे ये बंदा लैके पैसे भज गया जिवें नीरज मोदी भज गया तो जे डालमिया नूं लाल किला देता है जे ये बंदे भज गए अपने एयर गो तरह मालवीय तरह फिर ये जवाब की है। दूजे पासे मैं ये कहना भी मोदी के तिने कानून रिजैक्ट है। नंबर पहला हैगा मोदी कहता कि मैं तुम्हें खुली मंडी दूंगा, खुली मंडी तो पहले ही है, ये तो कोई लोड़ नहीं क्योंकि हुण जिहड़ा यूपी च झोने का रेट 1869 रुपये है 68 रुपये तो 900 रुपये वेख रहा ये जिहड़ा झोना उत्थों लैके आ रहा किसान के नाते आ रहा तो व्यापारी आ रहा व्यापारी का हक जिहड़ा किसान का हक व्यापारी लुट रहा यदा मतलब ये खुली मंडी तो पहले ही है तो दूजे पास कहते एम एस पी तो पहले ही 32 चीज़ें तो हैगी है। मैनू कहना भी एम एस पी तो पहला मोदी की एम एस पी का जनाजा निकल गया मान लो झोने का रेट 1868 यूपी 900 विक रहा जवाब दे क्यों विक रहा उड़द का रेट 1760 रुपये है तो वो 3800 रुपये रहा क्यों विक रहा कपाह का रेट 5715 नरमे का वो 3800 रुपये विकया क्यों विक रहा बाजरे रेट 2350 रुपये हूँ 1350 विक रहा वो जवाब दे क्यों मक्की का रेट 1439 है वो क्यों विक रहा वो पंजाब 800 चो बिहार 600 क्यों विक रहा यदा मतलब यदा एम एस पी का भी जनाजा निकल गया खुली मंडी का भी ये तिने चीज़ा सानू चाहिए नहीं ये जान के साडे ते थोप रहा है। जेकर तुसी मर्दाना कमजोरी तो हो परेशान जिमें नसा की कमजोरी सैक्स इच्छा की कमी बचपन च कीतियां गलतियां तांत शिकर पतन घट शकराणु जां पेशाब नाल विरज आना तो हुण घबराउण दी नहीं लोड़ तुहाडी हर बीमारी का इलाज करनगे डॉक्टर ललित वर्मा। हुण कदों तक गुप्त रोगों नूं छुपाउंदे रहोगे उम्र होवे 25 जां 80 साल दर दर ना पटको असी करांगे सफल इलाज। अनेक डॉक्टर हकीमां तों पुड़ियां खा के तंग आ चुके मरीज अज ही आओ ताकत जोश अते जवानी लई आखरी उम्मीद वर्मा आयुर्वैदिक दवाखाना नाइयां वाला चौंक फगवाड़ा। हुणे फोन करो 98144 6471 98150 6471।